औखी कड़ी न देखण देई, औखी कड़ी न देखण देई। अपना बिरद संभाले, औखी कड़ी न देखण देई, औखी कड़ी न देखण देई। हाथ दे आखे अपने को, हाथ दे राखे अपने को, सास सास प्रत पाले, औखी कड़ी न देखण देई, औखी कड़ी न देखण देई। अपना बिरद संभाले, औखी कड़ी न देखण देई, औखी कड़ी न देखण देई। प्रभु स्यों लाग रहयो मेरा चीत, आद अंत प्रभु सदा सहाई, तन हमारा मीत, औखी कड़ी न देखण देई, औखी कड़ी न देखण देई। अपना बिरद संभाले, औखी कड़ी न देखण देई, औखी कड़ी न देखण देई। मन बिलास पाए साहिब के, मन बिलास पाए साहिब के, अचरज देख बुढ़ाई, औखी कड़ी न देखण देई, औखी कड़ी न देखण देई। अपना बिरद संभाले, औखी कड़ी न देखण देई, औखी कड़ी न देखण देई। हर सिमर सिमर आनंद कर नानक, हर सिमर सिमर आनंद कर नानक, प्रपूर्ण पैज रखाई, औखी कड़ी न देखण देई, औखी कड़ी न देखण देई।
ਦਸਮਾਲੇ ਆਪਣਾ ਮਿਲ ਦਸਮਾਲੇ ਔਖੀ ਘੜੀ ਨਾ ਦੇਖਣ ਦੇਈ ਔਖੀ ਘੜੀ ਨਾ ਦੇਖਣ ਦੇਈ ਪਿਆਰਿਓ ਸਤਿਗੁਰੂ ਪਾਤਸ਼ਾਹ ਆਖਰੇ ਨੇ ਵੀ ਗੁਰਸਿੱਖਾ ਜਦੋਂ ਤੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ ਨਾ ਤਾਂ ਇਹ ਅਰਦਾਸ ਕਰਿਆ ਕਰਕੇ ਸਤਿਗੁਰੂ ਮੈਨੂੰ ਕੋਈ ਔਖੀ ਘੜੀ ਨਾ ਦਿਖਾਵੀ ਮੈਂ ਤੁਹਾਡਾ ਸੇਵਕ ਹੈ ਤੁਹਾਡਾ ਦਾਸ ਹੈ ਤੁਸੀਂ ਆਪਣੇ ਬਿਰਧ ਦੀ ਪੈਜ ਰੱਖਿਆ ਜੇ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਜੇ ਮੈਂ ਤੁਹਾਡਾ ਬੱਚਾ ਮੇਰੇ ਤੇ ਐਸੀ ਕਿਰਪਾ ਕਰਿਆ ਜੇ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਿਆ ਜੇ ਤੇ ਗੁਰੂ ਪਿਆਰਿਓ ਕਈ ਵੇਰਾ ਆਪਾਂ ਆਪਣੇ ਗੁਰੂ ਦੀ ਜਾਂ ਸੰਗਤ ਦੀ ਸੇਵਾ ਕਰਦੇ ਹਾਂ ਨਾ ਤੇ ਪਾਤਸ਼ਾਹ ਕਹਿੰਦੇ ਨੇ ਬਈ ਤੂੰ ਆਪਣੇ ਗੁਰੂ ਤੋਂ ਸੇਵਾ ਦਾ ਇਵਜਾਨਾ ਨਹੀਂ ਮੰਗਣਾ ਤੇਰਾ ਗੁਰੂ ਸਮਰੱਥ ਹੈ ਉਹਨੇ ਤੈਨੂੰ ਬਿਨਾਂ ਮੰਗੀਆਂ ਮੁਰਾਦਾਂ ਬਖਸ਼ ਦੇਣੀਆਂ ਤੇਰੀਆਂ ਮਨੋ ਕਾਮਨਾ ਪੂਰਨ ਕਰ ਦੇਣੀਆਂ ਨੇ ਤੇ ਗੁਰੂ ਪਿਆਰਿਓ ਐਸੀ ਸੇਵਾ ਕਰਕੇ ਐਸੀ ਚਾਕਰੀ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੇਵਾ ਕਰਕੇ ਇਹ ਮੰਗ ਮੰਗੀ ਸੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਬਠਿੰਡੇ ਦਾ ਰਹਿਣ ਵਾਲਾ ਗੰਗਾ ਰਾਮ ਬ੍ਰਾਹਮਣ ਆਪਣੇ ਗੱਡਿਆਂ ਤੇ ਅਨਾਜ ਲੱਦ ਕੇ ਕਣਕ ਬਾਜਰਾ ਵੇਚਣ ਵਾਸਤੇ ਦੇਸਾਂ ਪ੍ਰਦੇਸਾਂ ਵਿੱਚ ਜਾਇਆ ਕਰਦਾ ਸੀ ਤੇ ਇੱਕ ਵੇਰਾ ਉਹ ਗੰਗਾ ਰਾਮ ਬ੍ਰਾਹਮਣ ਸਤਲੁਜ ਤੇ ਬਿਆਸਾਂ ਨੂੰ ਲੰਘ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਉਹਨੇ ਵੇਖਿਆ ਬਈ ਇੱਥੇ ਅਨੇਕਾਂ ਮਜ਼ਦੂਰ ਕੰਮ ਕਰ ਰਹੇ ਨੇ ਉਸ ਸਮੇਂ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਸ਼ਹਿਰ ਵਸਾ ਰਹੇ ਸਨ ਉਹਨੇ ਵੇਖਿਆ ਬਈ ਅਨੇਕਾਂ ਮਜ਼ਦੂਰ ਕੰਮ ਕਰ ਰਹੇ ਨੇ ਤੇ ਇੱਥੇ ਉਸ ਦਾ ਇਹ ਬਾਜਰਾ ਸਾਰੇ ਦਾ ਸਾਰਾ ਵਿਕ ਜਾਣਾ ਉਹਨੇ ਬਾਹਰ ਡੇਰਾ ਕਰ ਲਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਤੇ ਉਹਨੇ ਦੂਰੋਂ ਹੀ ਮੱਥਾ ਟੇਕਿਆ ਤੇ ਫਿਰ ਆਪਣੇ ਮਾਲ ਦੇ ਕੋਲ ਅਨਾਜ ਦੇ ਕੋਲ ਚਲਿਆ ਗਿਆ ਜਦੋਂ ਦੋ ਦਿਨ ਗੰਗਾ ਰਾਮ ਨੂੰ ਇੱਥੇ ਟਿਕੇ ਨੂੰ ਹੋ ਗਏ ਨਾ ਗੁਰੂ ਪਿਆਰਿਓ ਤਾਂ ਅਚਾਨਕ ਗੁਰੂ ਕੇ ਲੰਗਰ ਵਿੱਚ ਅਨਾਜ ਥੁੜ ਗਿਆ ਜਿਸ ਕਰਕੇ ਉਸ ਦਿਨ ਨਾ ਤਾਂ ਦੇਗ ਤਿਆਰ ਹੋ ਸਕੀ ਨਾ ਹੀ ਲੰਗਰ ਤਿਆਰ ਹੋਇਆ ਜਦੋਂ ਗੰਗਾ ਰਾਮ ਨੇ ਵੇਖਿਆ ਨਾ ਤਾਂ ਉਹਨੇ ਮਨ ਵਿੱਚ ਸੋਚਿਆ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ਾਰਾਂ ਲੋਕਾਂ ਦਾ ਭਲਾ ਕਰਦੇ ਨੇ ਤੇ ਹਜ਼ਾਰਾਂ ਲੋਕ ਆਪਣੇ ਭਲੇ ਵਾਸਤੇ ਸਤਿਗੁਰਾਂ ਨੂੰ ਧਨ ਪਦਾਰਥ ਭੇਟਾ ਕਰਦੇ ਨੇ ਰਾਤ ਦਿਨ ਸੇਵਾ ਕਰਦੇ ਨੇ ਤੇ ਮੈਨੂੰ ਵੀ ਕੁਝ ਨਾ ਕੁਝ ਇਹਨਾਂ ਦੀ ਸੇਵਾ ਕਰਕੇ ਆਪਣੀ ਕਮਾਈ ਸਫਲ ਕਰਨੀ ਚਾਹੀਦੀ ਹੈ ਤਾਂ ਗੁਰੂ ਪਿਆਰਿਓ ਦੂਸਰੇ ਦਿਨ ਵੀ
ਕਿਤੋਂ ਬਾਹਰੋਂ ਕੋਈ ਅਨਾਜ ਨਾ ਆਇਆ ਤਾਂ ਗੰਗਾ ਰਾਮ ਨੇ ਲੰਗਰ ਵਿੱਚ ਜਾ ਕੇ ਲਾਂਗਰੀ ਨੂੰ ਪੁੱਛਿਆ ਕਿ ਲੰਗਰ ਵਿੱਚ ਇੰਨਾ ਅਨਾਜ ਕਿੱਥੋਂ ਆਉਂਦਾ ਤੇ ਲਾਂਗਰੀ ਕਹਿੰਦਾ ਕਿ ਸਤਿਗੁਰਾਂ ਦੇ ਸਿੱਖ ਸੇਵਕ ਜੋ ਭੇਟਾ ਅਰਪਣ ਕਰਦੇ ਨੇ ਉਸ ਨਾਲ ਗੁਰੂ ਜੀ ਦਾ ਲੰਗਰ ਅਤੁੱਟ ਚੱਲਦਾ। ਗੰਗਾ ਰਾਮ ਨੇ ਆਖਿਆ ਕਿ ਮੈਂ ਬਾਜਰੇ ਦੇ ਅਨਾਜ ਨਫੇ ਉੱਤੇ ਵੇਚਣ ਵਾਸਤੇ ਲਿਆਇਆ, ਇਉਂ ਕਰੋ ਅੱਜ ਮੇਰੇ ਕੋਲੋਂ ਅੰਨ ਲੈ ਕੇ ਸੰਗਤ ਨੂੰ ਲੰਗਰ ਛਕਾ ਦਿਓ। ਤਾਂ ਗੁਰੂ ਪਿਆਰਿਓ ਲਾਂਗਰੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੱਸਿਆ ਕਿ ਜੰਗਲ ਦੇਸ਼ ਤੋਂ ਇੱਕ ਬ੍ਰਾਹਮਣ ਬਾਜਰਾ ਵੇਚਣ ਵਾਸਤੇ ਲੈ ਕੇ ਆਇਆ, ਉਹ ਦੇਗ ਕਰਾਉਣੀ ਚਾਹੁੰਦਾ, ਜੇ ਤੁਸੀਂ ਆਗਿਆ ਦਿਓ ਤਾਂ ਉਹਦੇ ਕੋਲੋਂ ਬਾਜਰਾ ਲੈ ਕੇ ਲੰਗਰ ਤਿਆਰ ਕਰ ਲਈਏ। ਪਾਤਸ਼ਾਹ ਨੇ ਆਖਿਆ ਬਈ ਲੈ ਲਓ, ਉਹਦਾ ਅਸੀਂ ਮੁੱਲ ਵਿਸਾਖੀ ਦੇ ਦਿਨ ਤੇ ਜੋ ਸੰਗਤਾਂ ਭੇਟਾ ਕਰਨਗੀਆਂ ਨਾ ਦੇ ਦਿਆਂਗੇ। ਤਾਂ ਗੁਰੂ ਪਿਆਰਿਓ ਲਾਂਗਰੀ ਨੇ ਗੰਗਾ ਰਾਮ ਤੋਂ 100 ਮਣ ਬਾਜਰਾ ਤੋਲ ਕੇ ਲੈ ਲਿਆ, ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾ ਦਿੱਤਾ। ਦੂਸਰੇ ਦਿਨ ਵੀ ਕਿਸੇ ਪਾਸਿਓਂ ਅਨਾਜ ਨਾ ਆਇਆ ਤਾਂ ਗੰਗਾ ਰਾਮ ਬ੍ਰਾਹਮਣ ਨੇ ਫਿਰ ਪ੍ਰੇਮ ਤੇ ਸ਼ਰਧਾ ਨਾਲ 100 ਮਣ ਬਾਜਰਾ ਤੋਲ ਕੇ ਲੰਗਰ ਵਿੱਚ ਦੇ ਦਿੱਤਾ। ਤੀਸਰੇ ਦਿਨ, ਚੌਥੇ ਦਿਨ, 5ਵੇਂ ਦਿਨ ਵੀ ਕੋਈ ਅਨਾਜ ਬਾਹਰੋਂ ਨਾ ਆਇਆ ਤੇ 5 ਦਿਨਾਂ ਵਿੱਚ ਗੰਗਾ ਰਾਮ ਬ੍ਰਾਹਮਣ ਨੇ 500 ਮਣ ਬਾਜਰਾ ਗੁਰੂ ਪਿਆਰਿਓ ਗੁਰੂ ਕੇ ਲੰਗਰ ਵਿੱਚ ਦੇ ਦਿੱਤਾ। ਕੀ ਹੋਇਆ ਕਿ ਗੰਗਾ ਰਾਮ ਦੇ ਤਾਂ ਭਾਗ ਜਾਗ ਪਏ, ਸਰੋਵਰ ਦੀ ਸੇਵਾ ਹੋਰ ਸਿੱਖਾਂ ਨਾਲ ਮਿਲ ਕੇ ਉਹ ਵੀ ਕਰਨ ਲੱਗ ਪਏ। ਮਨ ਵਿੱਚ ਪ੍ਰੇਮ ਸ਼ਰਧਾ ਉਤਪੰਨ ਹੋਈ। ਇੰਨੇ ਨੂੰ ਵਿਸਾਖੀ ਦਾ ਮੇਲਾ ਆ ਗਿਆ, ਬੜੀਆਂ ਸੰਗਤਾਂ ਆਈਆਂ, ਬੜਾ ਇਕੱਠ ਹੋਇਆ। ਪਾਤਸ਼ਾਹ ਦੇ ਚਰਨਾਂ 'ਚ ਸੰਗਤਾਂ ਨੇ ਭੇਟਾ ਅਰਪਣ ਕੀਤੀਆਂ ਤੇ ਪਾਤਸ਼ਾਹ ਦੇ ਚਰਨਾਂ 'ਚ ਬੜਾ ਧਨ ਅੰਨ ਵਸਤਰ ਇਕੱਠਾ ਹੋ ਗਿਆ ਤੇ ਮੇਲੇ ਦੀ ਸਮਾਪਤੀ ਤੋਂ ਉਪਰੰਤ ਪਾਤਸ਼ਾਹ ਨੇ ਮੇਵੜੇ ਨੂੰ ਹੁਕਮ ਕੀਤਾ ਕਿ ਜਾਓ, ਇਉਂ ਕਰੋ ਕਿ ਗੰਗਾ ਰਾਮ ਦਾ ਹਿਸਾਬ ਕਰਕੇ ਉਹਨੂੰ ਬਾਜਰੇ ਦਾ ਮੁੱਲ ਦੇ ਦਿਓ। ਤਾਂ ਗੁਰੂ ਪਿਆਰਿਓ ਜਦ ਗੰਗਾ ਰਾਮ ਆਇਆ ਪਾਤਸ਼ਾਹ ਨੇ ਆਖਿਆ ਕਿ ਪੰਡਿਤ ਜੀ, ਆਪਣੇ ਬਾਜਰੇ ਦਾ ਮੁੱਲ ਤੁਸੀਂ ਸਾਡੇ ਕੋਲੋਂ ਸਵਾਇਆ ਕਰਕੇ ਲੈ ਲਓ, ਤੁਸੀਂ ਦੂਰ ਤੋਂ ਲਿਆ ਕੇ ਸਾਨੂੰ ਉਧਾਰ ਦਿੱਤਾ, ਸਾਡੀ ਲੋੜ ਪੂਰੀ ਕੀਤੀ ਸੀ। ਗੰਗਾ ਰਾਮ ਨੇ ਹੱਥ ਜੋੜ ਲਏ, ਮਹਾਰਾਜ ਮੈਂ ਤੁਹਾਡੇ ਤੋਂ ਕੋਈ ਬਾਜਰੇ ਦਾ ਮੁੱਲ ਨਹੀਂ ਲੈਣਾ, ਮੈਂ ਤੁਹਾਡੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ, ਮੈਨੂੰ ਹੁਣ ਘਰ ਜਾਣ ਦੀ ਕੋਈ ਇੱਛਾ ਨਹੀਂ। ਪਾਤਸ਼ਾਹ ਕਹਿੰਦੇ ਪੰਡਿਤ ਜੀ, ਹਿਸਾਬ ਕਰਕੇ ਪੈਸੇ ਲੈ ਲਓ ਤੇ ਆਪਣੇ ਘਰ ਭੇਜ ਦਿਓ ਜਾਂ ਆਪ ਲੈ ਕੇ ਚਲੇ ਜਾਓ, ਫਿਰ ਆ ਕੇ ਸੇਵਾ ਕਰ ਲੈਣੀ। ਗੁਰੂ ਨਾਨਕ ਤੁਹਾਡੇ ਸਾਰੇ ਮਨੋਰਥ ਪੂਰੇ ਕਰਨਗੇ। ਤੇ ਗੰਗਾ ਰਾਮ ਕਹਿੰਦਾ, ਮਹਾਰਾਜ ਗਰੀਬ ਨਵਾਜ ਮੈਂ ਮਨ ਕਰਕੇ ਆਪ ਜੀ ਦਾ ਸਿੱਖ ਬਣਿਆ, ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ, ਮੇਰੇ ਮਨ ਵਿੱਚੋਂ ਦਵੈਤ ਭਾਵ ਦੂਰ ਕਰ ਦਿਓ, ਤੁਹਾਡੇ ਚਰਨਾਂ ਵਿੱਚ ਖਲੋਤਾ। ਤੇ ਗੁਰੂ ਪਿਆਰਿਓ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਪਾਤਸ਼ਾਹ ਨੇ ਗੰਗਾ ਰਾਮ ਬ੍ਰਾਹਮਣ ਦੇ ਉੱਪਰ ਐਸੀ ਦਇਆ ਦ੍ਰਿਸ਼ਟੀ ਕੀਤੀ, ਉਹਨੂੰ ਸਤਨਾਮ ਦਾ ਉਪਦੇਸ਼ ਦਿੱਤਾ। ਜਦੋਂ ਉਹਦੀ ਬਿਰਤੀ ਜੁੜ ਗਈ
ਰਿਧੀਆਂ ਸਿੱਧੀਆਂ ਹੱਥ ਜੋੜ ਕੇ ਉਸ ਅੱਗੇ ਆਣ ਖਲੋਤੀਆਂ, ਸ਼ਕਤੀਵਾਨ ਹੋ ਗਏ। ਜਦੋਂ ਸ਼ਕਤੀ ਆ ਗਈ ਤੇ ਪਾਤਸ਼ਾਹ ਨੇ ਆਖਿਆ ਕਿ ਜਾਓ ਆਪਣੇ ਘਰ ਜਾਓ, ਹੁਕਮ ਮੰਨ ਕੇ ਗੰਗਾ ਰਾਮ ਜਦੋਂ ਤੁਰਨ ਲੱਗਿਆ ਤੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰ ਰਿਹਾ, ਸਤਿਗੁਰੂ ਜਿਸ ਤਰ੍ਹਾਂ ਆਪ ਜੀ ਜੁਗਾਂ ਜੁਗਾਤਰਾਂ ਤੋਂ ਪੈਜ ਰੱਖਦੇ ਆਏ ਹੋ, ਹੁਣ ਵੀ ਰੱਖਿਓ, ਮੈਨੂੰ ਕੋਈ ਐਸੀ ਘੜੀ ਨਾ ਵਿਖਾਇਆ ਜੇ, ਐਸਾ ਸਮਾਂ ਨਾ ਵਿਖਾਇਆ ਜੇ ਜਿਸ ਨਾਲ ਮੈਂ ਦੁਖੀ ਹੋਵਾਂ, ਮੇਰੇ ਪਰਿਵਾਰ ਵਿੱਚ ਬੱਚਿਆਂ ਵਿੱਚ ਸੁੱਖਾਂ ਦੀਆਂ ਰਹਿਮਤਾਂ ਕਰਿਆ ਜੇ। ਤੇ ਗੁਰੂ ਪਿਆਰਿਓ ਆਪਣੇ ਨਗਰ ਚਲਿਆ ਗਿਆ। ਹਰ ਸਮੇਂ ਉੱਠਦਾ ਬੈਠਦਾ ਗੁਰੂ ਗੁਰੂ ਜਪਿਆ ਕਰੇ ਉਹ ਗੰਗਾ ਰਾਮ ਬ੍ਰਾਹਮਣ, ਜੋ ਵੀ ਬਚਨ ਆਪਣੇ ਮੂੰਹ ਵਿੱਚੋਂ ਉਹ ਕੱਢ ਦਿੰਦਾ ਸੀ ਉਹ ਪੂਰਾ ਹੋ ਜਾਂਦਾ ਸੀ। ਤੇ ਗੰਗਾ ਰਾਮ ਨੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਸਿਮਰਨ ਕਰਦਾ ਹੋਇਆ ਗੁਰੂ ਪਿਆਰਿਓ ਉਹ ਪਰਮ ਗਤੀ ਨੂੰ ਪ੍ਰਾਪਤ ਹੋ ਗਿਆ ਸੀ। ਤੇ ਸਤਿਗੁਰੂ ਆਖ ਰਹੇ ਨੇ ਗੁਰਸਿੱਖੋ ਇਹ ਅਰਦਾਸ ਕਰਿਆ ਕਰੋ ਵੀ ਸਤਿਗੁਰੂ ਜਿਸ ਤਰ੍ਹਾਂ ਤੁਸੀਂ ਪਹਿਲਾਂ ਪੈਜ ਰੱਖੀ ਹੈ ਉਸ ਤਰ੍ਹਾਂ ਹੁਣ ਵੀ ਰੱਖੋ, ਕੋਈ ਵੀ ਘਰ ਵਿੱਚ ਦੁੱਖ ਤਕਲੀਫ ਨਾ ਹੋਵੇ, ਕੋਈ ਵੀ ਔਖੀ ਘੜੀ ਨਾ ਵਿਖਾਇਆ ਜੇ। ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਆਪਣਾ ਬਿਰਧ ਸੰਭਾਲੇ, ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ, ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੋਤਾ ਗੱਦੀ ਪ੍ਰਾਪਤ ਹੋਣ ਤੋਂ ਪਹਿਲਾਂ ਜਦੋਂ ਅਕਬਰ ਦੀ ਕਚਹਿਰੀ ਵਿੱਚੋਂ ਬੜੀ ਪ੍ਰਸੰਨਤਾ ਨਾਲ ਆਪਣੇ ਘਰ ਚੂਨੇ ਮੰਡੀ ਆ ਗਏ ਨਾ, ਤਾਂ ਦੂਸਰੇ ਦਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਾਜ਼ਾਰ ਦੇ ਵਿੱਚ ਜਾ ਰਹੇ ਨੇ, ਇੱਕ ਦੁਕਾਨ ਤੇ ਬੜਾ ਸੁੰਦਰ ਕੱਪੜਾ ਵੇਖਿਆ। ਕੱਪੜਾ ਵੇਖ ਕੇ ਮਨ ਵਿੱਚ ਆਪਣੇ ਮਨ ਦੇ ਨਾਲ ਗੱਲਾਂ ਕਰ ਰਹੇ ਨੇ ਵੀ ਜੇ ਇਸ ਕੱਪੜੇ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਵਾਸਤੇ ਚੋਲਾ ਤਿਆਰ ਕੀਤਾ ਜਾਵੇ, ਪਾਤਸ਼ਾਹ ਉਹਨੂੰ ਪਹਿਨ ਲੈਣ ਤਾਂ ਉਹਨਾਂ ਦੇ ਬੜਾ ਸੋਹਣਾ ਲੱਗੇਗਾ। ਤੇ ਗੁਰੂ ਪਿਆਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਮਨ ਵਿੱਚ ਹੀ ਕੱਪੜਾ ਲੈ ਲਿਆ, ਉਸ ਨੂੰ ਸਿਉਂ ਕੇ ਆਪਣੇ ਮਨ ਵਿੱਚ ਦੇਖ ਰਹੇ ਨੇ ਕਿ ਉਸ ਚੋਲੇ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗਲ ਵਿੱਚ ਪਾ ਲਿਆ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਵੇਖ ਕੇ ਬੜੇ ਖੁਸ਼ ਹੋ ਰਹੇ ਨੇ। ਤੇ ਉਧਰ ਵੇਖੋ ਕੀ ਹੋ ਰਿਹਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਵਿੱਚ ਬੈਠੇ ਸਨ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰੇਮ ਨੂੰ ਜਾਣ ਕਰਕੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਹਿਲਾਉਣ ਲੱਗੇ ਜਿਵੇਂ ਕੋਈ ਕੱਪੜਾ ਪਹਿਨ ਰਹੇ ਹੋਣ। ਤੇ ਇੱਕ ਸੇਵਕ ਬੱਲੂ ਨੇ ਪੁੱਛਿਆ, ਮਹਾਰਾਜ ਆਪ ਇਸ ਤਰ੍ਹਾਂ ਆਪਣੇ ਅੰਗ ਕਿਉਂ ਹਿਲਾ ਰਹੇ ਹੋ? ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਭਾਈ ਅੱਜ ਸਾਨੂੰ ਰਾਮਦਾਸ ਲਾਹੌਰ ਦੇ ਬਾਜ਼ਾਰ ਵਿੱਚ
खलोता है ते चोड़ा पहना रहे है। असी उसका प्रेम वेख के उदा ओ प्रेम दा चोला पहन रहे हैं। सारिया ने शीस नवाया जदों गुरु रामदास पातशाह आए। पातशाह ने अपने मन की गल दसी, संगतां धन गुरु अमरदास पातशाह नू शीस नवा रही ने ते अरदास कर रही ने, सतगुरु असी तुहाडे सेवकां बच्चे हैं, अनजाण है, तुहाडी वडियाई नू नहीं जान सकते, साडे ते किरपा करिया जे, साडे घरां विच सुखां दा प्रवेश करिया जे। औखी कड़ी न देखण देई, औखी कड़ी न देखण देई, अपना बिरद संभाले, अपना बिरद संभाले, औखी कड़ी न देखण देई, औखी कड़ी न देखण देई।